जो आपां उस दिन पहली वीडियो दे विच खाद बनाई सी उस नूं अज यूटिलाइज करन दा तरीका देखांगे जी आपां। सति श्री अकाल जी, मैं गुरसिमरन सिंह धनोआ नैचुरल फार्म तों। बई अज आपां वीडियो बनाउण जा रहे हां जिहड़ी खाद आपां पिछले हफ्ते अपलोड कीती सी। वीडियो भी आपां खाद बनाई सी इक कई चीज़ां उच पा के, वो खाद नूं आपां बूटे नूं देणा किवें आ, बूटे दे विच खाद पाउणी किवें आ। उस तों तुसीं देख सकदे हो जी, इह आ पेकन दा बूटा, पेकन पेकन नट जिहड़ा अखरोट हुंदा, इक अमेरिकन अखरोट पोला उहदा बूटा जी। उहदे च ते अंब दे बूटे च आपां तैयारी कर चुके हां खाद पाउण दी। इस नूं खाद पाउण लई जी आपां नूं इहदे आले दुआले इक टोआ कढणा पैंदा, चाहे उह गोल कढ लो चाहे चौरस कढ लो, टोआ कढणा। टोआ क्यों कढणा वीर? जदों आपां टोआ कढ के खाद पाउने हां तां जिहड़ियां इहदियां जड़ां तुसीं देखदे हो, नवीआं जड़ां आउंदियां ने, जिहड़ियां बालूआं हुंदा दरख्त दा, ਉਹ ਹੀ ਜਿਹੜੇ ਹੈ ਖੁਰਾਕ ਪ੍ਰਾਪਤ ਕਰਦਾ, ਉੱਥੋਂ ਹੀ ਖੁਰਾਕ ਬੂਟੇ ਨੂੰ ਜਾਂਦੀ ਆ। ਹੁਣ ਦੋਸਤੋ, ਜਿਹੜੀ ਖਾਦ ਆਪਾਂ ਇਹਦੇ ਤਣੇ ਦੇ ਨੇੜੇ ਪਾ ਦਿੰਦੇ ਹਾਂ ਉਹਨੂੰ ਯੂਟੀਲਾਈਜ਼ ਨਹੀਂ ਹੁੰਦੀ ਉਹ ਪ੍ਰੋਪਰ, ਜਦੋਂ ਪਾਣੀ ਨਾਲ ਲੀਚ ਹੋ ਕੇ ਆਲੇ ਦੁਆਲੇ ਪਹੁੰਚਦੀ ਆ, ਫਿਰ ਉਹਦੀਆਂ ਜੜ੍ਹਾਂ ਚੱਕ ਕੇ ਉਹਨੂੰ ਉੱਤੇ ਲੈ ਕੇ ਜਾਂਦੀਆਂ ਨੇ। ਜਦੋਂ ਜਿੱਥੇ ਆਪਾਂ ਜੜ੍ਹਾਂ ਨੇ ਇਹਦੀਆਂ ਦਰਖਤ ਦੀਆਂ ਉੱਥੇ ਹੀ ਪਾਵਾਂਗੇ, ਤਾਂ ਉਹਨਾਂ ਨੂੰ ਕੈਰੀ ਕਰਨਾ, ਉਹਨੂੰ ਉੱਥੋਂ ਮਾਈਕਰੋ ਨਿਊਟ੍ਰੀਐਂਟ ਲੈਣੇ, ਨਿਊਟ੍ਰੀਐਂਟ ਲੈਣੇ ਈਜ਼ੀ ਹੋ ਜਾਂਦੇ ਆ ਬੂਟੇ ਨੂੰ। ਜੜ੍ਹਾਂ ਨੂੰ ਹਿਸਾਬ ਨਾਲ, ਸੌਖੇ ਹਿਸਾਬ ਨਾਲ ਉਹ ਸਾਰਾ ਕੁਝ ਅਵੇਲੇਬਲ ਹੋ ਜਾਂਦਾ। ਹੁਣ ਇਹਦੀ ਦੂਰੀ ਆਪਾਂ ਨੇ ਕਿਵੇਂ ਦੇਖਣੀ ਆ, ਵੀ ਕਿੰਨੀ ਕੁ ਦੂਰੀ 'ਤੇ ਇਹਦੀਆਂ ਜੜ੍ਹਾਂ ਆਉਣਗੀਆਂ? ਬਾਈ, ਇਹਨੂੰ ਕਨੋਪੀ ਸਿਸਟਮ ਕਹਿ ਦਿੰਦੇ ਨੇ। ਜਿੰਨੀ ਰੁੱਖ ਦੀ ਕਨੋਪੀ ਆ ਉਸ ਦੇ ਲਗਭਗ ਇਹਦੇ ਆਲੇ ਦੁਆਲੇ ਇਹਦੀਆਂ ਜੜ੍ਹਾਂ ਫੈਲਦੀਆਂ ਨੇ। ਉਹ 2 ਫੁੱਟ ਦੇ ਵੀ ਫੈਲ ਸਕਦੀਆਂ ਨੇ, 4 ਫੁੱਟ ਦੇ ਵੀ। ਜਿਹੜੇ ਵੱਡੇ ਬੂਟੇ ਨੇ ਉਹਨਾਂ ਦੀ ਜਿੰਨੀ ਛਾਂ ਹੁੰਦੀ ਆ ਦੁਪਹਿਰ ਵੇਲੇ, ਜਿਵੇਂ ਹੁਣ ਆਹ ਅੰਬ ਦਾ ਬੂਟਾ ਦੇਖਦੇ ਹੋ ਅਤੇ ਇਹ ਪੇਕਨ ਦਾ, ਪੇਕਨ ਦੇ ਆਲੇ ਦੁਆਲੇ, ਹੁਣ ਇਹਦੀ ਕਨੋਪੀ ਛੋਟੀ ਆ, ਇਹਦੀਆਂ ਜੜ੍ਹਾਂ ਇਹਦੇ ਨੇੜੇ ਹੀ ਨੇ, ਇਹਦੇ ਘੇਰੇ ਦੇ ਨੇੜੇ ਨੇ। ਜਿਹੜੀਆਂ ਨੇੜੇ ਜੜ੍ਹਾਂ ਹੁੰਦੀਆਂ ਨੇ ਉਹ ਸਿਰਫ ਕੈਰੀ ਦਾ ਕੰਮ ਕਰਦੀਆਂ ਨੇ, ਉਹ ਚੀਜ਼ ਨੂੰ ਲੈ ਕੇ ਜਾਣ ਦਾ ਜਾਂ ਬੂਟੇ ਨੂੰ ਹੋਲਡ ਕਰਕੇ ਰੱਖਣ ਦਾ, ਫੜ ਕੇ ਰੱਖਣ ਦਾ ਕੰਮ ਕਰਦੀਆਂ ਨੇ। ਜਿਹੜੀ ਖੁਰਾਕ ਜੜ੍ਹ ਲੈ ਰਹੀ ਆ ਉਹ ਚਿੱਟੇ ਰੰਗ ਦੀ ਬਰੀਕ ਜੜ੍ਹ ਹੁੰਦੀ ਆ, ਜਿਹਨੂੰ ਬਾਲੂਆ ਕਹਿ ਦਿੰਦੇ ਹਾਂ ਆਪਾਂ। ਬਾਲੂਆ ਹੀ ਖੁਰਾਕ ਲੈਂਦਾ, ਜਿਹੜੀ ਮੇਨ ਜੜ੍ਹ ਆ ਜਾਂ ਮੇਨ ਸਟੰਮ ਆ ਉਹ ਕਦੇ ਵੀ ਖੁਰਾਕ ਨਹੀਂ ਲੈਂਦੀ। ਇਸੇ ਕਾਰਨ ਇੰਨੀ ਦੂਰ ਇਹਦੇ ਪੱਟਣ ਦਾ ਕਾਰਨ ਇਹੀ ਆ ਵੀ ਆਪਾਂ ਪੱਟ ਕੇ ਉਨੀ ਦੂਰੀ 'ਤੇ ਹੀ ਖਾਦ ਪਾਈਏ ਜਿੱਥੋਂ ਜੜ੍ਹਾਂ ਨੇ ਅਸਲ ਤਰੀਕੇ ਦੇ ਹੀ ਖਾਦ ਲੈਣੀ ਆ। ਬੂਟੇ ਨੂੰ ਖਾਦ ਉੱਥੋਂ ਹੀ ਲੱਗੂਗੀ ਜਿੱਥੋਂ ਉਹਦੀਆਂ ਬਾਲੂਆ ਹੋਊਗਾ, ਜਿੱਥੇ ਉਹਦੀਆਂ ਬਰੀਕ ਚਿੱਟੇ ਰੰਗ ਦੀਆਂ ਜੜ੍ਹਾਂ ਹੋਣਗੀਆਂ। ਬਾਕੀ ਜਿਹੜੀਆਂ ਜੜ੍ਹਾਂ ਨੇ ਉਹ ਕਾਲੀਆਂ ਅਤੇ ਭਾਰੀ ਹੋ ਜਾਂਦੀਆਂ ਨੇ, ਉਹ ਸਿਰਫ ਮਾਈਕਰੋ ਨਿਊਟ੍ਰੀਐਂਟ ਨੂੰ ਲੈ ਕੇ ਜਾਣ ਜਾਂ ਉੱਥੋਂ ਜਿਹੜੇ ਹੋਰ ਉਹਦੇ ਤੱਤ ਨੇ ਉਹਨਾਂ ਨੂੰ ਅੱਗੇ ਸਪਲਾਈ ਕਰਨ ਦੇ ਕੰਮ ਆਉਂਦੀਆਂ ਨੇ। ਜਿਹੜੀ ਖੁਰਾਕ ਲੈਣੀ ਆ ਉਹ ਬਰੀਕ ਜੜ੍ਹ ਨਹੀਂ ਲੈਣੀ ਆ। ਹੁਣ ਪਾਉਣ ਦਾ ਤਰੀਕਾ ਇਹੀ ਆ ਬਾਈ, ਇਹਦੇ ਆਲੇ ਦੁਆਲੇ ਟੋਆ ਪੱਟ ਲਓ, ਤਕਰੀਬਨ 6 ਇੰਚ ਡੂੰਘਾ, 5 ਇੰਚ ਡੂੰਘਾ ਟੋਆ ਪੱਟੋ। ਟੋਏ ਨਹੀਂ ਜੀ, ਇੱਕ ਜਣੀ ਕਿਆਰੀ ਬਣਾ ਲਓ ਆਲੇ ਦੁਆਲੇ ਸਾਰੇ ਪਾਸੇ, ਅਤੇ ਉਹਦੇ ਵਿੱਚ ਆਪਾਂ ਨੇ ਖਾਦ ਪਾਉਣੀ ਆ। ਖਾਦ ਕਿੰਨੀ ਪਾਉਣੀ ਆ, ਮਾਤਰਾ ਆਪਾਂ ਪਹਿਲਾਂ ਵੀ ਦੱਸ ਚੁੱਕੇ ਹਾਂ ਜੀ, ਬਈ ਵੱਡੇ ਬੂਟਿਆਂ ਨੂੰ ਜਿਹੜੇ 5 ਸਾਲ ਦੇ ਨੇ, ਹੁਣ ਇਹ 4 ਕੁ ਸਾਲ ਦਾ ਬੂਟਾ ਜੀ, ਇਹਨੂੰ ਆਪਾਂ 5 ਕਿਲੋ ਖਾਦ ਪਾਵਾਂਗੇ ਕਿਉਂਕਿ ਬੂਟਾ ਗਰੋਥ ਕਾਫੀ ਕਰ ਚੁੱਕਿਆ ਜੀ। ਅਤੇ ਜਿਹੜੇ ਛੋਟੇ ਬੂਟੇ ਨੇ ਉਹਨਾਂ ਨੂੰ 1 ਸਾਲ ਦੇ ਨੂੰ 1 ਕਿਲੋ, 2 ਸਾਲ ਦੇ ਨੂੰ 2 ਕਿਲੋ, ਹੁਣ ਇਹਦੇ 'ਚ ਆਪਾਂ 5 ਕਿਲੋ ਖਾਦ, ਇਹ ਤਸਲਾ ਮਿਣਿਆ ਹੋਇਆ ਵੀਰ ਆਪਾਂ ਨੇ, ਇਹ 'ਚ 5 ਕਿਲੋ ਖਾਦ ਪੈਂਦੀ ਆ ਜੀ, 5 ਕਿਲੋ ਇਹ ਬੂਟੇ ਨੂੰ ਪਾਉਣੀ ਆ ਜੀ ਆਪਾਂ ਨੇ। ਇਹਦੇ ਸਾਰੇ ਆਲੇ ਦੁਆਲੇ ਇੱਕੋ ਜਿੰਨੀ ਖਾਦ ਇਹ ਪਾ ਕੇ ਆਪਾਂ ਨੇ ਬਾਅਦ 'ਚੋਂ ਮਿੱਟੀ ਮੋੜ ਦੇਣੀ ਆ ਜੀ। ਮਿੱਟੀ ਮੋੜਨ ਨਾਲ ਇਹ ਖਾਦ ਉੜੂਗੀ ਨਹੀਂ, ਅਤੇ ਛੇਤੀ ਪਾਣੀ ਨਾਲ ਐਕਟਿਵ ਹੋ ਕੇ ਇਹ ਬੂਟੇ ਨੂੰ ਖੁਰਾਕ ਦੇਣੀ ਸ਼ੁਰੂ ਕਰ ਦੂਗੀ ਜੀ। ਹੁਣ ਇਹੀ ਆਪਾਂ ਜਿਹੜਾ ਵੱਡਾ ਅੰਬ ਆ ਜੀ ਉੱਧਰ, ਉਹਦੇ 'ਚ ਆਪਾਂ 10 ਕਿਲੋ ਖਾਦ ਪਾਵਾਂਗੇ ਜੀ। ਉੱਥੇ ਲਗਭਗ 2 ਤਸਲੇ ਪਾਉਣੇ ਆ ਜੀ ਆਪਾਂ ਨੇ ਖਾਦ ਦੇ। ਹਾਂਜੀ ਦੋਸਤੋ, ਹੁਣ ਆਪਾਂ ਇਹ ਖਾਦ ਜਿਹੜੀ ਅੰਬ ਦੇ ਵਿੱਚ ਆ, ਅੰਬ ਦੇ ਵਿੱਚ ਲਗਭਗ ਆਪਾਂ 10 ਕਿਲੋ ਖਾਦ ਪਾਉਣੀ ਆ। ਦੋਸਤੋ, ਹੁਣ ਇਹਦੀ ਗਰੋਥ ਨਵੀਂ ਸ਼ੁਰੂ ਹੋ ਚੁੱਕੀ ਆ, ਕਿਉਂਕਿ ਅਗਸਤ ਦੇ ਮਹੀਨੇ 'ਚ ਆ ਕੇ ਅੰਬ ਗਰੋਥ ਚੱਕ ਲੈਂਦਾ ਅਤੇ ਫਲ ਮੁੱਕ ਚੁੱਕਿਆ ਹੁੰਦਾ ਲਗਭਗ ਇਹਨਾਂ ਤੋਂ, ਅਤੇ ਹੁਣ ਗਰੋਥ ਲੈਣੀ ਆ। ਹੁਣ ਭਾਈ ਖਾਦ ਪੂਰਾ ਕੰਮ ਦਊਗੀ, ਜਿੰਨਾ ਇਹਨੇ ਗਰੋਥ ਲੈਣੀ ਆ, ਜਿੰਨਾ ਇਹਨੇ ਆਪਦੇ ਆਪ 'ਚ ਜਿੰਨੀ ਇਹਨੇ ਗਰੋਥ ਲੈਣੀ ਆ ਜੀ, ਜਿੰਨਾ ਮਾਈਕਰੋ ਨਿਊਟ੍ਰੀਐਂਟ ਲੈਣਾ, ਫਿਰ ਉਹ ਸਾਰਾ ਇਸ ਕਨੋਪੀ 'ਚੋਂ ਲਊਗਾ। ਅਤੇ ਹੁਣ ਇਹਦੀ ਗੱਲ ਕਰਦੇ ਹਾਂ ਕਨੋਪੀ ਦੀ। ਬਾਈ, ਕਨੋਪੀ ਦੀ ਗੱਲ ਸਮਝਣ ਲਈ ਆਪਾਂ, ਜੇ ਮੰਨ ਲਓ ਵੀ ਆਪਾਂ ਨੇ ਇਹਦੀ ਕਨੋਪੀ ਦੇਖਣੀ ਆ ਵੀ ਕਿੱਥੇ ਕੁ ਬਣੂਗੀ, ਤਾਂ ਦੁਪਹਿਰ ਮੰਨ ਲਓ, ਦੁਪਹਿਰ ਦੇ ਵੇਲੇ ਜਿੱਥੇ ਇਹਦੀ ਛਾਂ ਪੈਂਦੀ ਆ, ਉਹ ਛਾਂ ਦੇ ਨਾਲ ਨਾਲ ਜਿਹੜੀ ਜਗ੍ਹਾ ਬਣਦੀ ਆ
ਉਹ ਇਹਦੇ ਕਨੋਪੀ ਦਾ ਦਾਇਰਾ ਹੁੰਦਾ, ਜਿਹੜੀ ਇਹਦੀ ਕਨੋਪੀ ਆ ਉਹ ਆ ਇਹਦੀ, ਤੇ ਉੱਥੋਂ ਆਪਾਂ ਨੇ ਪੱਟਣੀ ਆ ਇੱਕ ਕਹੀ ਚੌੜੀ, ਇੱਕ ਜਿੰਨੀ ਕੁ ਕਹੀ ਚੌੜੀ ਹੁੰਦੀ ਆਪਣੀ ਲਗਭਗ 6 ਇੰਚ 7 ਇੰਚ ਉਹਦੇ ਜਿੰਨਾ ਬਸ ਟੋ ਆ ਲੰਬਾ, ਇਹਦੇ ਨਾਲ ਨਾਲ ਜਿੱਥੇ ਜਿੱਥੇ ਇਹਦੀ ਛਾਂ ਹੈਗੀ ਆ ਉੱਥੇ ਉੱਥੇ ਪਹਿਲਾਂ ਲਾਈਨ ਮਾਰ ਲਓ, ਜਾਂ ਆਪਾਂ ਨੂੰ ਅੰਦਾਜ਼ਾ ਹੋ ਜਾਂਦਾ ਵੀ ਇੱਥੇ ਤੱਕ ਇਹਦੇ ਪੱਤੇ ਨੇ, ਤਾਂ ਲਗਭਗ ਥੋੜ੍ਹਾ ਜਿਹਾ ਤੋਂ ਪੱਤਿਆਂ ਦੇ ਤੋਂ ਅੰਦਰ ਰੱਖ ਕੇ ਆਪਾਂ ਸਾਰਾ ਗਲਾਈ ਦੇ ਵਿੱਚ ਪੱਟ ਲੈਣਾ, ਤੇ ਉਹਦੇ ਨਾਲ ਇਹਦੀਆਂ ਬਾਲੂ ਆ ਜਿਹੜਾ ਵੀ ਹੈ ਉਹ ਸਾਰਾ ਮੇਨ ਫੋਕਸ ਤੇ ਆਜੂਗਾ ਆਪਣੇ ਤੇ, ਤੇ ਨਾਲ ਦੀ ਨਾਲ ਉੱਥੇ ਜਦੋਂ ਖਾਦ ਪਾ ਕੇ ਆਪਾਂ ਇਹਨੂੰ ਪਾਣੀ ਲਾਵਾਂਗੇ ਤੇ ਫਿਰ ਇਹਨੂੰ ਥੋੜੇ ਜਿਹੇ ਖੁਰਾਕ ਦੇਵਾਂਗੇ, ਉੱਥੋਂ ਫਿਰ ਇਹ ਆਪਦੀ ਖੁਰਾਕ ਚੱਕ ਕੇ ਤੇ ਫਿਰ ਗਰੋਥ ਲੈਣ ਲੱਗ ਜੂਗਾ। ਤੇ ਜ਼ਿਆਦਾ ਹੁਮਾ ਹੁੰਦਾ ਜਿਹੜੇ ਵੱਡੇ ਬੂਟੇ ਨੇ ਉਹਨਾਂ ਨੂੰ ਜ਼ਿਆਦਾ ਖੁਰਾਕ ਪਾਓ, ਜਿਹੜੇ ਛੋਟੇ ਬੂਟੇ ਨੇ ਉਹਨਾਂ ਨੂੰ ਥੋੜ੍ਹੀ ਖੁਰਾਕ ਪਾਓ। ਮੈਂ ਹੁਣ ਜਿਵੇਂ ਇਹ ਪੂਰਾ ਪਲ ਚੁੱਕਿਆ ਸੀ ਬੂਟਾ ਬਲੈਕ ਸਟੋਨ ਮੈਂਗੋ ਦਾ, ਤੇ ਹੁਣ ਇਹਨੂੰ ਪੂਰੀ ਖੁਰਾਕ ਪਾਤੀ ਆਪਾਂ ਨੇ, ਆਉਣ ਵਾਲੇ ਕੁਛ ਕੁ ਦਿਨਾਂ 'ਚ ਤੁਹਾਨੂੰ ਇਹਦੀ ਰੰਗਤ ਵੀ ਦਿਖਾਵਾਂਗੇ ਜੀ, ਤੇ ਜਿਹੜੇ ਇਹਦੇ ਪੱਤਿਆਂ ਦੀ ਗਰੋਥ ਆ ਜਾਂ ਜਿਹੜੀ ਇਹਦੀ ਬਿਮਾਰੀ ਨੂੰ ਕੰਟਰੋਲ ਆ ਉਹ ਵੀ ਦੱਸਾਂਗੇ ਵੀ ਕਿਵੇਂ ਹੋਊਗਾ। ਜਿਹੜੀ ਖਾਦ ਤੋਂ ਬਾਅਦ ਆਪਾਂ ਨੇ ਪਾਣੀ ਪਾਉਣਾ, ਪਾਣੀ ਵੀ ਉਹ ਇਸ ਜਿਹੜੇ ਆਪਾਂ ਨੇ ਕਨੋਪੀ ਦੇ ਆਲੇ ਦੁਆਲੇ ਇੱਕ ਟੋਆ ਪੱਟਿਆ ਜਾਂ ਜਿਹੜੀ ਇੱਕ ਖਾਲੀ ਪੱਟੀ ਆ ਉਸ ਖਾਲੀ 'ਚ ਪਾਉਣਾ। ਇਹਦੇ ਤਣੇ ਨੂੰ ਪਾਣੀ ਦੇਣ ਦੀ ਜ਼ਰੂਰਤ ਨਹੀਂ, ਕਿਉਂਕਿ ਤਣੇ ਨੇ ਪਾਣੀ ਨਹੀਂ ਲੈਣਾ, ਪਾਣੀ ਜੋ ਲੈਣਾ ਉਹ ਇਹਦੀਆਂ ਜੜ੍ਹਾਂ ਨੇ ਹੀ ਲੈਣਾ, ਸਿੱਲ ਚਾਹੀਦੀ ਆ ਬੂਟੇ ਨੂੰ, ਪਾਣੀ ਨਹੀਂ। ਤੇ ਬਸ ਪਾਣੀ ਵੀ ਇਹਦੇ ਨਾਲ ਨਾਲ ਬਸ ਇਹਦੇ 'ਚ ਵਿੱਚੇ ਪਾਉਣਾ ਜੀ ਆਪਾਂ ਨੇ, ਜਿਹੜੀ ਆਪਾਂ ਨੇ ਖਾਲੀ ਪੱਟੀ ਆ ਖਾਲੀ ਦੇ ਵਿੱਚੇ ਪਾਣੀ ਪਾ ਕੇ ਬਸ ਇਹਨੂੰ ਬੰਦ ਕਰ ਦਿਓ। ਜਿਹੜਾ ਹਫ਼ਤੇ ਮਗਰੋਂ ਪਾਣੀ ਪਾਉਣਾ ਉਹ ਵੀ ਇਹਦੇ ਵਿੱਚੇ ਪਾਉਣਾ ਜੀ, ਤਾਂ ਕਿ ਜਿਹੜੀ ਲਗਾਤਾਰ ਇਹਨੂੰ ਖੁਰਾਕ ਮਿਲਦੀ ਰਹੇ। ਤੇ ਇਹ ਹੁਣ ਥੋੜ੍ਹਾ ਜਿਹਾ ਆਲੇ ਦੁਆਲੇ ਜਿਹੜੀ ਇਹ ਕਿਆਰੀ ਆ ਜੀ ਉਹ ਪੋਲੀ ਵੀ ਹੋ ਜੂਗੀ, ਤੇ ਇਹ ਵਧੀਆ ਵੀ ਲੱਗਣ ਲੱਗ ਜੂਗੀ ਜੀ, ਆਪਾਂ ਨੂੰ ਦੇਖਣ ਨੂੰ ਵੀ ਸੋਹਣੀ ਲੱਗੂ। ਉਹੀ ਆਪਾਂ ਇਹਦੇ ਰਿੰਗ ਦੇ ਵਿੱਚ ਇਹਦੇ ਘੇਰੇ ਦੇ ਵਿੱਚ ਪਾਣੀ ਪਾਉਣਾ ਜੀ। ਧੰਨਵਾਦ ਜੀ।